ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਰੋਹਿਤ ਅੰਜਲ ਅਜੀਤ ਪੁਲੇਟਨ ਵਿੱਚ ਸਾਰਿਆਂ ਦਾ ਨਿਗਾ ਸਵਾਗਤ ਕਰਦੀ ਹਾਂ ਤੇ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮਾਰਿਆ ਹਥਿਆਰਾਂ ਦੇ ਵਿਖਾਵੇ ਨੂੰ ਲੈ ਕੇ ਡੀਜੀਪੀ ਦਾ ਵੱਡਾ ਐਲਾਨ ਜਥੇਦਾਰ ਸੁੱਚਾ ਸਿੰਘ ਲੰਗਾਂ ਨੂੰ ਲਗਾਈ ਧਾਰਮਿਕ ਤਨਖਾਹ ਵਿਕਰਮ ਸਿੰਘ ਜੀਠੀਆਂ ਨੇ ਵਿੰਨੇ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਕਿਸਾਨਾਂ ਵੱਲੋਂ ਦਰਨਾ ਸਮਾਪਤ ਕਰਨ ਦਾ ਐਲਾਨ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਅਹਿਮ ਖਬਰਾਂ ਸੁਨਾਮ ਦੇ ਪਿੰਡ ਬਖਸ਼ੀਵਾਲਾ ਵਿੱਚ ਇੱਕ ਔਰਤ ਦੇ ਵੱਲੋਂ ਆਪਣੇ ਪਤੀ ਦਾ ਕਤਲ ਕਰਕੇ ਘਰ ਦੇ ਕੱਚੇ ਫਲਸ਼ ਟੈਂਕ ਦੇ ਵਿੱਚ ਦੱਬਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਇੱਕ ਮਹੀਨੇ ਤੋਂ ਮ੍ਰਿਤਕ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਪੁਲਿਸ ਕੱਚੇ ਫਲਸ਼ ਟੈਂਕ ਦੀ ਖੁਦਾਈ ਕਰਕੇ ਮ੍ਰਿਤਕ ਦੀ ਬੋਡੀ ਕੱਢਣ ਦੇ ਵਿੱਚ ਜੁੱਟ ਗਈ ਹੈ ਇਸ ਸਬੰਧੀ ਪਿੰਡ ਦੇ ਵਿੱਚ ਹੰਗਾਮਾ ਮਚ ਗਿਆ ਤੇ ਮ੍ਰਿਤਕ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਸਾਤ ਨਰਮਤਾ ਕੋ ਉਸਦੇ ਨਾਲ ਰਹਿਣ ਦਾ ਵਾਅਦਾ ਕਰਨ ਵਾਲੀ ਜੀਵਨ ਸਾਥੀ ਹੀ ਉਸ ਦੀ ਮੌਤ ਦਾ ਕਾਰਨ ਬਣੇਗੀ ਨੌਜਵਾਨ ਦੀ ਪਿਛਲੇ 1 ਮਹੀਨੇ ਤੋਂ ਲਾਪਤਾ ਹੋਣ ਦੀ ਰਿਪੋਰਟ ਵੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਥਾਣੇ ਵਿੱਚ ਲਿਖਵਾਈ ਸੀ ਪਰ ਅੱਜ ਜਦੋਂ ਇਹ ਮਾਮਲਾ ਉਠਿਆ ਤਾਂ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਰ ਖਿਸਕ ਗਈ ਕੋਲੈਜ ਦੇ ਅਨੁਸਾਰ ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਜੀਵਨ ਸਾਥਣ ਹੀ ਸੀ ਜਿਸ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਤੇ ਉਸ ਨੂੰ ਘਰ ਦੇ ਵਿੱਚ ਬਣੇ ਫਲਸ਼ ਟੈਂਕ ਦੇ ਵਿੱਚ ਸੁੱਟ ਦਿੱਤਾ ਸੀ ਤੇ ਪਿੰਡ ਵਾਸੀ ਤੇ ਮ੍ਰਿਤਕ ਦੇ ਰਿਸ਼ਤੇਦਾਰ ਨਿਆਂ ਦੀ ਮੰਗ ਕਰ ਰਹੇ ਨੇ ਸਾਨੂੰ ਤਾਂ 20-25 ਦਿਨਾਂ ਦੀ ਗੱਲ ਹੋ ਗਈ ਇਹ ਕੋਈ ਪਤਾ ਨਹੀਂ ਹਜੇ ਹਜੇ ਅੱਜੀ ਸਾਨੂੰ ਖ਼ਬਰ ਮਿਲੀ ਇਹ ਅੱਜੀ ਇੱਥੇ ਪਤਾ ਲੱਗਿਆ ਬਹੂ ਆਪ ਮੰਨ ਰਹੀ ਹੈ ਕਹਿੰਦੀ ਵੀ ਕੋਈ ਚਾ ਮੰਡ ਕਹਿੰਦੀ ਵੀ ਮੈਂ ਮਾਰਿਆ ਕਹਿੰਦੀ ਮੈਂ ਸਰਤੇ ਮੁੰਡੇ ਦੇ ਸਾਨੂੰ ਸ਼ੱਕ ਤਾਂ ਹੈਗੀ ਸੀ ਬਹੂ ਤੇ ਇਸ ਰਿਪੋਰਟ ਵੀ ਲਿਖਾਈ ਸੀ ਥਾਣੇ 'ਚ ਉਹਨਾਂ ਨੇ ਕੋਈ ਹਜੇ ਤੱਕ ਕਾਰਵਾਈ ਕੀਤੀ ਨਹੀਂ ਸੀ ਅੱਜ ਕਾਰਵਾਈ ਹੋਈ ਹੈ ਜਸਵੀਰ ਕੌਰ ਪਤਨੀ ਕਾਲਾ ਸਿੰਘ ਇਹਦੀ ਦਰਖਾਸਤ ਦਿੱਤੀ ਸੀ ਵੀ ਮੇਰਾ ਕਈ ਦਿਨਾਂ ਤੋਂ ਘਰ ਵਾਲਾ ਗੁੰਮ ਹੈ ਪਰੰਤੂ ਹੁਣ ਸਾਨੂੰ 30 ਦਿਨ ਦੌਰਾਨ ਇਹ ਗੱਲ ਸਾਫ਼ ਹੋ ਰਹੀ ਹੈ ਵੀ ਉਸ ਜਨਾਨੀ ਵੱਲੋਂ ਵੀ ਆਪਣੇ ਘਰ ਵਾਲੇ ਨੂੰ ਦਮ ਕੀਤਾ ਤੇ ਤਫ਼ਤੀਸ਼ ਚੱਲ ਰਹੀ ਜੀ ਜੋ ਵੀ ਤੱਤ ਸਾਹਮਣੇ ਆਉਣਗੇ ਜੋ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਾ ਨਹੀਂ ਜਾਊਗਾ ਤਫ਼ਤੀਸ਼ ਦੇ ਦੌਰਾਨ ਹੀ ਪਤਾ ਲੱਗੂਗਾ ਜੀ ਅਜੇ ਸ਼ੱਕ ਹੈ ਪੰਜਾਬ ਦੇ ਵਿੱਚ ਗਨ ਕਲਚਰ ਨੂੰ ਲੈ ਕੇ ਸੂਬਾ ਸਰਕਾਰ ਨੇ ਸਖਤ ਰੁਖ ਅਪਣਾਇਆ ਹੈ ਤੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਵੱਡੀ ਗਿਣਤੀ ਵਿੱਚ ਹਥਿਆਰਾਂ ਦੇ ਲਾਇਸੈਂਸਾਂ ਅਤੇ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੇ ਵਿਖਾਵੇ ਨੂੰ ਲੈ ਕੇ ਵੱਡੇ ਪੱਧਰ ਉੱਤੇ ਕੇਸ ਦਰਜ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਵੱਲੋਂ ਤਰਜ ਕੀਤੇ ਗਏ ਮਾਮਲਿਆਂ ਤੋਂ ਬਾਅਦ ਵਿੱਚ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੇ ਵਿਖਾਵੇ ਨੂੰ ਲੈ ਕੇ ਵਧਾ ਐਲਾਨ ਕੀਤਾ ਹੈ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਕਿਹਾ ਹੈ ਕਿ ਅਗਲੇ 72 ਘੰਟਿਆਂ ਤੱਕ ਸੋਸ਼ਲ ਮੀਡੀਆ ਹੈਂਡਲ ਉੱਤੇ ਪਾਈ ਗਈ ਇਤਰਾਜਜੋਗ ਸਮਗਰੀ ਹਟਾ ਦਿੱਤੀ ਜਾਵੇ ਇਸ ਦੇ ਲਈ ਉਹਨਾਂ ਨੇ ਸੂਬੇ ਦੇ ਸਾਰੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਹੁਣ ਪੰਜਾਬ ਪੁਲਿਸ ਦੇ ਵੱਲੋਂ ਲੋਕਾਂ ਨੂੰ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਸੰਬੰਧੀ ਲਾਈ ਗਈ ਸਮਗਰੀ ਹਟਾਉਣ ਦਾ ਸਮਾਂ ਦਿੱਤਾ ਗਿਆ ਹੈ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤਹਿਤ ਹਥਿਆਰਾਂ ਦੇ ਵਿਖਾਵੇ ਸੰਬੰਧੀ 72 ਘੰਟਿਆਂ ਤੱਕ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ ਤਾਂ ਕਿ ਲੋਕ ਖੁਦ ਬਖੁਦ ਅਜਹੀ ਸਮਗਰੀ ਹਟਾ ਲੈਣ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਾਬਕਾ ਆਕਾਲੀ ਮੰਤਰੀ ਸੁੱਚਾ ਸਿੰਘ ਲੰਘਾ ਨੂੰ ਤਨਖਾਹੀਆ ਕਰਾਰ ਦਿੰਦੇ ਹੋਏ ਧਾਰਮਿਕ ਸਜਾ ਦਾ ਐਲਾਨ ਕੀਤਾ ਹੈ ਇਸ ਧਾਰਮਿਕ ਸਜਾ ਦੌਰਾਨ ਸੁੱਚਾ ਸਿੰਘ ਲੰਗਾ ਲਗਾਤਾਰ 21 ਦਿਨ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ ਨਿਭਾਉਣਗੇ ਅਤੇ ਇਸ ਤੋਂ ਇਲਾਵਾ ਉਹ ਲਗਾਤਾਰ 21 ਦਿਨ ਤੱਕ ਪਰਿਕਰਮਾ ਵਿੱਚ ਬੈਠ ਕੇ ਪਾਠ ਕਰਨਗੇ ਤੇ 21 ਦਿਨ ਪਰਿਕਰਮਾ ਵਿੱਚ ਬੈਠ ਕੇ ਹੀ ਕੀਰਤਨ ਸਰਵਣ ਕਰਨਗੇ। ਇਹ ਤਨਖਾਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਲਗਾਈ ਗਈ ਹੈ। ਇਸ ਤਨਖਾਹ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਸ ਸੇਵਾ ਦੌਰਾਨ ਨਾ ਤਾਂ ਉਹ ਕਿਸੇ ਨਾਲ ਗੱਲ ਕਰਨਗੇ ਨਾ ਹੀ ਸੇਵਾ ਕਰਨ ਦਾ ਵਿਖਾਵਾ ਕਰਨਗੇ। ਇਸ ਤੋਂ ਇਲਾਵਾ ਲੰਗਾਰ ਨੂੰ ਸੇਵਾ ਦੌਰਾਨ ਤਸਵੀਰਾਂ ਖਿੱਚਵਾ ਕੇ ਉਸ ਮੀਡੀਆ ਉਤੇ ਪਾਉਣ ਤੋਂ ਵੀ ਵਰਜਿਆ ਗਿਆ ਹੈ ਇਸੇ ਤਰ੍ਹਾਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਉਪਰੰਤ ਗੁਰਬਾਣੀ ਦੀਆਂ ਲਗਾਤਾਰਾਂ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਸਿੰਘ ਸਹਿਬਾਨ ਵੱਲੋਂ ਪ੍ਰਵਾਸੀ ਸਿੱਖ ਤਮਿੰਦਰ ਸਿੰਘ ਆਨੰਦ ਨੂੰ ਸਿੱਖ ਪੰਥ ਵਿੱਚੋਂ ਖਾਰਜ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਹੈ ਸ਼ਿਰਮੁਖਸਾ ਸਾਹਿਬ ਦੇ ਨੀਲੇ ਪਿੰਡ ਚੱਬੇਵਾਲੀ ਦੇ ਇੱਕ ਵਿਅਕਤੀ ਦੇ ਨਾਲ ਫੋਨ ਉੱਤੇ ਗੱਲਬਾਤ ਕਰਕੇ ਖੁਦ ਨੂੰ ਫੋਨ ਸੁਣਨ ਵਾਲੇ ਦਾ ਰਿਸ਼ਤੇਦਾਰ ਦੱਸ ਕੇ 4.5 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਠੱਗੀ ਦਾ ਸ਼ਿਕਾਰ ਹੋਏ ਕੁਲਦੀਪ ਸਿੰਘ ਅਤੇ ਉਸਦੇ ਚਚੇਰੇ ਭਰਾ ਅਮਨਦੀਪ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਦਾ ਮੁੰਡਾ ਕੈਨੇਡਾ ਗਿਆ ਹੈ ਅਤੇ ਕੁਝ ਸਮਾਂ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿੰਦਾ ਰਿਹਾ ਹੈ WhatsApp ਰਾਹੀਂ ਆਏ ਇਸ ਫੋਨ ਉੱਤੇ ਅੱਗੋਂ ਬੋਲਣ ਵਾਲੇ ਨੇ ਖੁਦ ਨੂੰ ਉਸ ਦਾ ਕੈਨੇਡਾ ਰਹਿੰਦਾ ਰਿਸ਼ਤੇਦਾਰ ਦੱਸਿਆ ਤੇ ਉਸ ਨੇ ਕਿਹਾ ਕਿ ਕੁਲਦੀਪ ਆਪਣਾ ਖਾਤਾ ਨੰਬਰ ਦੇ ਦਿਓ ਉਹ ਉਹਨਾਂ ਨੂੰ ਕਰੀਬ 5 ਲੱਖ ਰੁਪਏ ਪਾ ਰਿਹਾ ਹੈ ਜੋ ਉਸਨੇ ਪੰਜਾਬ ਦੇ ਵਿੱਚ ਕਿਸੇ ਵਿਅਕਤੀ ਨੂੰ ਦੇਣੇ ਨੇ ਫੋਨ ਕਾਲ ਤੋਂ ਕੁਝ ਸਮੇਂ ਬਾਅਦ ਇੱਕ ਹੋਰ ਅਣਪਛਾਤੇ ਨੰਬਰ ਤੋਂ ਫੋਨ ਆਇਆ ਜਿਨ੍ਹਾਂ ਨੇ ਆਪਣੇ ਆਪ ਨੂੰ ਬੈਂਕ ਨਾਲ ਸੰਬੰਧਿਤ ਦੱਸਿਆ ਤੇ ਕਿਹਾ ਕਿ ਉਹਨਾਂ ਦੇ ਖਾਤੇ ਵਿੱਚ 5 ਲੱਖ ਰੁਪਏ ਟਰਾਂਸਫਰ ਹੋਏ ਨੇ ਜੋ 24 ਘੰਟੇ ਬਾਅਦ ਖਾਤੇ ਵਿੱਚ ਆ ਜਾਣਗੇ ਕੁਲਦੀਪ ਸਿੰਘ ਅਤੇ ਉਸਦੇ ਪਰਿਵਾਰ ਵਾਲੇ ਗੱਲ ਕਰਨ ਵਾਲੇ ਦੀ ਗੱਲਾਂ ਵਿੱਚ ਆ ਗਏ ਅਤੇ ਉਹਨਾਂ ਨੇ ਉਸ ਦੁਆਰਾ ਦਿੱਤੇ ਇੱਕ ਖਾਤੇ ਦੇ ਵਿੱਚ 4.5 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਉਹਨਾਂ ਨੇ ਇਸ ਬਾਬਤ ਆਪਣੇ ਕੈਨੇਡਾ ਰਹਿੰਦੇ بیٹے ਦੇ ਨਾਲ ਗੱਲਬਾਤ ਨਹੀਂ ਕੀਤੀ ਕਿਉਂਕਿ ਫੋਨ ਉੱਤੇ ਗੱਲ ਕਰ ਰਿਹਾ ਵਿਅਕਤੀ ਉਹਨਾਂ ਨੂੰ ਇਹ ਗੱਲ ਕਹਿੰਦਾ ਰਿਹਾ ਕਿ ਉਹ ਇਹ ਗੱਲ ਕਿਸੇ ਦੇ ਨਾਲ ਨਾ ਕਰਨ। ਜਦ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਪਵਾ ਦਿੱਤੇ ਗਏ ਪਰ 24 ਘੰਟੇ ਬੀਤ ਜਾਣ ਤੋਂ ਬਾਅਦ ਵਿੱਚ ਵੀ ਕੁਲਦੀਪ ਦੇ ਖਾਤੇ ਦੇ ਵਿੱਚ ਉਸ ਵਿਅਕਤੀ ਦੁਆਰਾ ਭੇਜੇ 5 ਲੱਖ ਰੁਪਏ ਟਰਾਂਸਫਰ ਨਾ ਆਏ ਤਾਂ ਉਹਨਾਂ ਨੇ ਆਪਣੇ بیٹے ਦੇ ਨਾਲ ਗੱਲਬਾਤ ਕੀਤੀ। ਤਾਏ ਸਾਹਮਣੇ ਆਇਆ ਕਿ ਉਹਨਾਂ ਦੇ ਨਾਲ 4.5 ਲੱਖ ਰੁਪਏ ਦੀ ਠੰਗੀ ਵਜ ਗਈ ਹੈ। ਕੁਲਦੀਪ ਸਿੰਘ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਕੀ ਨਾਮ ਹੈ ਬਾਈ ਜੀ ਤੇ ਕੀ ਘਟਨਾ ਕੀ ਬਣਿਆ? ਹਾਂ ਜੀ ਮੇਰਾ ਨਾਮ ਮਨਦੀਪ ਸਿੰਘ ਆ। ਇਹ ਮੇਰੇ ਕਜ਼ਨ ਬਰਾਜਾ ਬਾਈ ਕੁਲਦੀਪ ਸਿੰਘ। ਇਹਨਾਂ ਨਾਲ ਘਟਨਾ ਹੋਈ ਹੈ ਜੀ। ਇਹਨਾਂ ਦੇ ਫੋਨ ਤੇ ਫੋਨ ਆਉਂਦਾ ਜਿਵੇਂ ਆਪਣੇ ਚੱਲ ਰਹੀ ਆ ਫਰਾਡ ਕਾਲ ਵਾਲੀ। ਉਹਦੇ ਵਿੱਚ ਕੀ ਹੋਇਆ ਜੀ ਇੱਕ ਕਾਲ ਆਉਂਦੀ ਆ ਫੋਰਨ ਤੋਂ। ਬਾਈ ਜੀ ਦਾ ਬੇਟਾ ਬਾਹਰ ਗਿਆ ਹੁਣ ਕਰਕੇ ਵੀ ਫੋਨ ਹੁੰਦਾ ਘਰੇ ਭਾਬੀ ਜੀ ਕੋਲੇ। ਉਹਨਾਂ ਨੇ ਕਾਲ ਚੱਕੀ ਤੋ ਗਾਲ ਆਉਂਦੀ ਹੋਵੇ ਉਹ ਕਹਿੰਦਾ ਵੀ ਪਛਾਣੋ ਕੌਣ ਬੋਲਦਾ ਵੀ ਇਹਨਾਂ ਨਜ਼ਦੀਕੀ ਰਿਸ਼ਤੇਦਾਰਾਂ ਤੁਸੀਂ ਪਛਾਣ ਨਹੀਂਦੇ ਮੈਨੂੰ ਤੇ ਉਹਨਾਂ ਨੇ ਵੀ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਫਰਾਨਾ ਨਾ ਬੋਲਦਾ ਹੋਵੇ ਉਹਨਾਂ ਨੇ ਇੱਕ ਇੱਕ ਰਿਸ਼ਤੇਦਾਰ ਦਾ ਆਪਣੇ ਨਾਮ ਲੈਤਾ ਜੀ ਤੂੰ ਇਹ ਬੋਲਦਾ ਤੋ ਆਪੂ ਕਹਿੰਦੇ ਵੀ ਹਾਂ ਮੈਂ ਇਹੀ ਬੋਲਦਾ ਤੇ ਉਹ ਗੱਲ ਚੱਲਦੇ ਉਹ ਕਹਿੰਦਾ ਵੀ ਮੈਂ ਤੁਹਾਡੇ ਨਾਲ ਆ ਕੇ ਕਰੂੰਗਾ ਤੇ ਤੁਸੀਂ ਨਾ ਆਪਾਂ ਪੇਮੈਂਟ ਪਾਉਣੀ ਹੈ ਇੱਕ ਬਾਈ ਜੀ ਦੇ ਅਕਾਊਂਟ ਤੇ ਉਹ ਮੈਂ ਕਿਸੇ ਨੂੰ ਦੇ ਨਹੀਂ ਆ ਤੇ ਤੁਸੀਂ ਮੈਨੂੰ ਅਕਾਊਂਟ ਨੰਬਰ ਸੈਂਡ ਕਰ ਦਿਓ ਬਾਈ ਜੀ ਦਾ ਤੇ ਮੈਂ ਉਹ ਤੇ ਪਾ ਦੇਣਾ ਤੇ ਅਸੀਂ ਬਾਹਰ ਆਏ ਤੇ ਬੀ ਆ ਗਏ ਸੀ 33 ਵਿਵਾਂ ਦੇ ਵਿੱਚ ਸੋਨੂੰ ਦਾ ਫੋਨ ਆਇਆ ਤੇ ਤੁਸੀਂ ਐਂ ਕਰੋ ਉਹਨਾਂ ਨੂੰ ਅਕਾਊਂਟ ਨੰਬਰ ਭੇਜ ਦਿਓ ਵੀ ਉਹਨੇ ਪੇਮੈਂਟ ਪਾਉਣੀ ਆ ਆਪਾਂ ਨੂੰ ਕੋਈ ਤੇ ਆਪਾਂ ਨੂੰ ਉਹ ਅਕਾਊਂਟ ਭੇਜਣ ਤੋਂ ਬਾਅਦ ਅਕਾਊਂਟ ਆਪਾਂ ਭੇਜਤਾ 20 ਮਿੰਟ ਬਾਅਦ ਇੱਕ ਫਰਾਡ ਕਾਲ ਹੋਰ ਆਉਂਦੀ ਆ ਐਜ਼ ਆ ਪੀ ਐਨ ਵੀ ਪੰਜਾਬ ਨੈਸ਼ਨਲ ਬੈਂਕ ਤੋਂ ਵੀ ਐਸੀ ਮੋਬਾਈਲ ਬ੍ਰਾਂਚ ਤੋਂ ਬੋਲ ਰਹੇ ਆ ਵੀ ਤੁਹਾਡੇ ਖਾਤੇ 5 ਲੱਖ 13 ਹਜ਼ਾਰ ਦੀ ਅਮਾਊਂਟ ਆਈ ਹੈ ਜੀ ਫੋਰਨ ਤੋਂ ਤੇ ਉਹ 24 ਘੰਟੇ ਜੇ ਰਿਫਲੈਕਟ ਹੋ ਵੀ ਤੁਹਾਡੇ ਖਾਤੇ ਕਰੰਸੀ ਟਰਾਂਸਫਰੈਂਟ ਹੋ ਗਏ ਤੇ ਉਹ ਆਪਾ ਯਕੀਨ ਕਰ ਲਿਆ ਜੀ ਹਾਂ ਸੱਚੀ ਉਧਰ ਵੀ ਉਹਨਾਂ ਨੇ ਪੈਸੇ ਪਵਾਏ ਤੇ ਫੌਰਨ ਤੋਂ 5 13 ਆ ਗਿਆ ਹੋਊਗਾ ਆਪਾਂ ਨੂੰ ਅਮਾਉਂਟ ਵੀ ਐਵੇਂ ਆਉਂਦੀ ਹੈ ਜਿਵੇਂ 5 13 ਆ ਗਿਆ ਜਾਂ ਡਾਲਰ ਦੇ ਵਿੱਚ ਕਨਵਰਟ ਹੁੰਦੀ ਆ ਤੇ ਆਪਾਂ ਯਕੀਨ ਕਰ ਲਿਆ ਸੀ ਅਖਾਜੀ ਠੀਕ ਆ ਕੋਈ ਗੱਲ ਨਹੀਂ ਇਹ ਸਾਡੇ ਰਿਲੇਟਿਵ ਨੇ ਪਾਈ ਆ ਪਾ ਦਿਓ ਤੇ ਅਗੂ ਕੀ ਆ ਉਹਦਾ 20 ਮਿੰਟ ਬਾਅਦ ਫੇਰ ਕਾਲ ਆਉਂਦੀ ਹੈ ਜੀ ਵੀ ਐਂ ਕਰੋ ਬਾਈ ਤੁਸੀਂ ਨਾ ਐਂ ਕਰੋ ਵੀ 1 ਲੱਖ 80 ਹਜ਼ਾਰ ਰੁਪਿਆ ਪਾ ਦਿਓ ਮੈਂ ਕਿਸੇ ਏਜੰਟ ਨੂੰ ਪੇਮੈਂਟ ਕਰਨੀ ਹੈ ਬਾਕੀ ਆਪਾਂ ਬਾਅਦ ਚ ਕਰ ਲਾਂਗੇ ਉਹ ਕਹਿੰਦਾ ਵੀ ਮੈਂ ਤੁਹਾਨੂੰ ਅਕਾਊਂਟ ਨੰਬਰ ਭੇਜਦਾ ਉਨੇ ਅਕਾਊਂਟ ਨੰਬਰ ਭੇਜਤਾ ਤੇ ਆਪਾਂ ਉਹਦੇ ਵਿੱਚ ਕੀਆ ਪੇਮੈਂਟ ਪਾਤੀ 1,80,000 ਰੁਪਏ ਮਕਸਰਵਾ ਕੇ ਪੰਜਾਬ ਨੈਸ਼ਨਲ ਬੈਂਕ ਚੋਂ ਚੈੱਕ ਰਾਈ ਟ੍ਰਾਂਸਫਰ ਕਰਤੀ ਉਹਨੇ ਸੇਮ ਪੀਐਨਬੀ ਦਾ ਪਾ ਨੂੰ ਖਾਤਾ ਪਤਾ ਤੇ ਉਸ ਤੋਂ ਬਾਅਦ ਕੀਆ ਉਹ ਕਹਿੰਦਾ ਵੀ ਮੈਨੂੰ ਨਾ ਤੁਸੀਂ ਸਲਿੱਪ ਭੇਜ ਦਿਓ ਵੀ ਹਜੇ ਕਨਫਰਮ ਨਹੀਂ ਹੋਈ ਪੇਮੈਂਟ ਤੇ ਸਲਿੱਪ ਭੇਜਣ ਦੀ ਬਜਾਏ ਅਸੀਂ ਕੀ ਕੀਤਾ ਕਾਪੀ ਦੀ ਫੋਟੋ ਪਾਤੀ ਐਂਟਰੀ ਕਰਾ ਕੇ ਵੀ ਆ ਲੈ ਸਾਡੇ ਖਾਤੇੋਂ 1,80,000 ਰੁਪਏ ਘਟਿਆ ਗਿਆ ਤੇ ਤੂੰ ਚੈੱਕ ਕਰਾ ਲੈ ਉਹਨਾਂ ਤੋਂ ਤੇ ਉਹਦੇ ਵਿੱਚ ਕੀਆ ਬਾਈ ਦੀ ਅਮਾਉਂਟ ਹੋਰ ਵੀ ਪਈ ਸੀ ਖਾਤੇ 'ਚ ਉਹ ਵੀ ਉਹਦੇ ਕੋਲ ਸਟੇਟਮੈਂਟ ਪਹੁੰਚ ਗਈ ਵੀ ਇਹਦੇ ਕੋਲ ਹੋਰ ਵੀ ਪੈਸੇ ਹੈਗੇ ਆ। ਉਹ 5 ਮਿੰਟ ਬਾਅਦ ਫੇਰ ਕਾਲ ਆਉਂਦੀ ਆ ਉਹ ਕਹਿੰਦਾ ਭਾਈ ਆਪਾਂ ਨਾ ਅਕਤਿਲ ਤੇ 4.5 ਲੱਖ ਰੁਪਈਆ ਦੇਣਾ ਉਸ ਬੰਦੇ ਨੂੰ ਤੇ ਤੁਸੀਂ ਐਂ ਕਰੋ ਵੀ 2.70 ਲੱਖ ਰੁਪਈਆ ਹੋਰ ਪਾ ਦਿਓ ਆਪਾਂ ਇਹ ਕੰਪਲੀਟ ਹੀ ਕਰਨੇ ਆ ਅੱਜ ਉਹ ਜ਼ਰੂਰੀ ਆ। ਤੇ ਆਪਾਂ 2.70 ਉੱਥੇ ਬੈਂਕ ਖੜਿਆ ਨਹੀਂ ਹੋਰ ਪਾਤਾ ਜੀ। ਉਸ ਤੋਂ ਬਾਅਦ ਆਪਾਂ ਜਾਂਦੇ ਆ ਉਹ ਤਾਂ ਫੇਰ ਕਾਲ ਆ ਜਾਂਦੀ ਹੈ ਵੀ ਆਪਾਂ ਨੇ 6.5 ਲੱਖ ਹੋਰ ਪਾਉਣਾ ਨੂੰ 11 ਲੱਖ ਪੂਰਾ ਕਰਨਾ। ਤੇ ਮੈਂ ਉਹਨੂੰ ਕਿਹਾ ਵੀ ਆਪਾਂ ਭਾਈ ਹੁਣ ਤਾਂ 4:00 ਵਜੇ ਬੈਂਕ ਦਾ ਟਾਈਮ ਆਊਟ ਹੋ ਗਿਆ ਕੱਲ ਉਹ ਕਹਿੰਦਾ ਵੀ ਐਂ ਕਰੋ ਮੈਂ ਉਹਨਾਂ ਨੂੰ 10 ਵਜੇ ਦਾ ਟਾਈਮ ਦੇਣਾ ਤੁਸੀਂ 6.5 ਲੱਖ ਮੈਂ ਤੁਹਾਨੂੰ ਖਾਤੇ ਭੇਜ ਦੂੰਗਾ ਤੇ ਹੋਰ ਪਾਉਣਾ ਆਪਾਂ ਸੁਬਾਹ ਤੇ ਮੈਂ ਉਹਨਾਂ ਨੂੰ ਕਹਿਣ ਲੱਗਿਆ ਤੇ ਉਸ ਤੋਂ ਬਾਅਦ ਫੋਨ ਕੱਟਣ ਤੋਂ ਬਾਅਦ ਮੈਨੂੰ ਥੋੜਾ ਸ਼ੱਕ ਹੁੰਦਾ ਵੀ ਯਾਰ ਆਪਣੇ ਨਾਲ ਠੱਗੀ ਨਾ ਵੱਜ ਗਈ ਹੋਵੇ ਮੈਂ ਭਾਈ ਨੂੰ ਫੋਨ ਲਾਇਆ ਮੈਂ ਕਿਹਾ ਭਾਈ ਮੈਨੂੰ ਲੱਗਦਾ ਆਪਣੇ ਠੱਗੀ ਵੱਜ ਗਈ ਤੇ ਆਪਾਂ ਕਨਫਰਮ ਤਾਂ ਕਰਗੇ ਵੀ ਨੰਬਰ ਵੀ ਇਹ ਸੋਨੂ ਦਾ ਹੀ ਆ ਵੀ ਉਧਰ ਭਾਬੀ ਨੂੰ ਫੋਨ ਲਾ ਕੇ ਪੁੱਛੀਏ ਤੇ ਜਦੋਂ ਇਹਨੂੰ ਪੁੱਛਿਆ ਇਹ ਕਹਿੰਦਾ ਵੀ ਨਹੀਂ ਉਹਨਾਂ ਨੇ ਕਿਹਾ ਵੀ ਗੱਲ ਨਹੀਂ ਕਰਨੀ ਸਾਡੇ ਘਰੇ ਤੈਨੂੰ ਰਹਿਣ ਦੇ ਮੈਂ ਫੇਰ ਵੀ ਬਾਈ ਦੇ ਬੇਟੇ ਨੂੰ ਫੋਨ ਲਾ ਲਿਆ ਉਧਰ ਫੌਰਨ ਵੀ ਇਹ ਨੰਬਰ ਚੈੱਕ ਕਰਕੇ ਦੱਸ ਵੀ ਸੋਨੂ ਦਾ ਹੀ ਨੰਬਰ ਹੈ ਤੈਨੂੰ ਤਾਂ ਪਤਾ ਹੋਊਗਾ ਉਹ ਕਹਿੰਦਾ ਵੀ ਨਹੀਂ ਇਹ ਤਾਂ ਫਰਾਡ ਨੰਬਰ ਆ ਕੋਈ ਤੁਸੀਂ ਤਾਂ ਐਵੇਂ ਕਰੀ ਜਨੇ ਉਹਨੂੰ ਗੱਲ ਦੱਸੀ ਤੇ ਉਹ ਕਹਿੰਦਾ ਵੀ ਆਪਣਾ ਠੱਗੀ ਵੱਜ ਗਈ ਉੱਥੇ ਹੀ ਅਸੀਂ 20 ਮਿੰਟ ਮੈਂ ਤਾਂ ਜੇ ਬਾਜ਼ਾਰ ਚੀ ਸੀ ਬਾਈ ਨੂੰ ਮੈਂ ਘਰੋਂ ਸੱਦ ਲਿਆ ਵੀ ਬੈਂਕ ਆ ਜਾ ਆਪਣਾ ਠੱਗੀ ਵੱਜ ਗਈ ਤੇ ਜਦੋਂ ਬੈਂਕ ਆਏ ਆ ਕੇ ਖਾਤੇ ਚੈੱਕ ਕਰਾਈ ਮੈਨੇਜਰ ਸਾਹਿਬ ਨੂੰ ਮਿਲੇ ਤਾਂ ਉਹ ਕਹਿੰਦੇ ਵੀ ਇਹ ਪੇਮੈਂਟ ਆ ਸਾਰੀਆਂ ਨਿਕਲ ਗਈਆਂ ਇਥੋਂ ਉਸ ਤੋਂ ਬਾਅਦ ਅਹੀ ਉਹਨਾਂ ਨੇ ਦੱਸਿਆ ਵੀ ਇੱਕ ਪੇਮੈਂਟ ਆਰਟੀਜੀਸ ਹੋਈ ਹੈ ਜੂਨੀਅਰ ਬੈਂਕ 'ਚ ਉੱਥੇ ਗਏ ਉਹਦੇ ਇਥੋਂ ਵੀ ਨਿਕਲ ਗਈ। ਤੇ ਉਹ ਹਾਲੇ ਵੀ ਆਪਾਂ ਨੂੰ ਕਾਲ ਕਰ ਰਿਹਾ ਜੀ ਬੰਦਾ ਵੀ ਮੈਂ ਤੁਹਾਨੂੰ ਖਾਤੇ ਭੇਜਦਾ ਕੱਲ ਵੀ ਆਪਾਂ ਪੂਰਾ ਦਿਨ ਉਸੇ ਚੱਕਰ 'ਚ ਰਹੇ ਆਂ। ਵੀ ਸਾਢੇ 6 ਲੱਖ ਆਖਾਂ ਭਾਈ ਤੈਨੂੰ ਪਾਉਣੇ ਆ ਪਾਉਣੇ ਆਪਾਂ ਨਹੀਂ ਹਲੇ ਤੱਕ ਉਹਨੂੰ। ਕੁੱਲ ਕਿੰਨੀ ਅਮਾਊਂਟ ਬੰ ਤੁਸੀਂ ਪਾ ਚੁੱਕੇ ਹੋ ਉਹਨਾਂ ਨੂੰ? ਸਾਢੇ 4 ਲੱਖ ਰੁਪਏ ਭਾਈ ਜੀ ਆਪਾਂ ਪਾ ਚੁੱਕੇ ਆਂ। ਕਿੰਨੀਆਂ ਵਾਰੀਆਂ 'ਚ ਪਾਇਆ? ਦੋ ਵਾਰੀਆਂ 'ਚ ਇੱਕ ਅਸੀਂ ਇੱਕ ਪਾਇਆ ਜੀ 2,70,000 ਰੁਪਏ ਇੱਕ ਪਾਇਆ ਆਪਾਂ ਹੂੰ ਦੁਬਾਰਾ ਹੁਣ ਫਿਰ ਕਾਲ ਆਈ ਜਾਂ ਕੋਈ ਕਾਲ ਨਹੀਂ ਹੋਈ ਨਈ ਜੀ ਹਲੇ ਹੁਣ ਕੋਈ ਕਾਲ ਨਹੀਂ ਹੋਈ ਆਪਣੇ ਨਾਲ ਅੱਜ ਸਵੇਰ 11 ਵਜੇ ਕਾਲ ਆਈ ਸੀਗੀ ਵੀ ਬਾਈ ਜੀ ਹੋਰੇ ਕਿੱਥੇ ਘਰੇ ਭਾਬੀ ਨੇ ਫੋਨ ਚੱਕਿਆ ਵੀ ਉਹਨਾਂ ਨੂੰ ਕਹੋ ਪੇਮੈਂਟ ਜਲਦੀ ਪਾ ਦਿਓ ਮੈਨੂੰ ਚਾਹੀਦੀ ਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮੁਕੇਰੀਆ ਦੀਨਪੰਦੇ ਪਿੰਡ ਮਾਨਾ ਦੇ ਅਕਾਲੀ ਆਗੂ ਲਖਵੀਰ ਸਿੰਘ ਰੰਦਾਵਾ ਦੇ ਗ੍ਰਹਿ ਵਿਖੇ ਵਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਗੁਜਰਾਤ ਦੇ ਵਿੱਚ ਹੀ ਨੱਚੀ ਟੱਪੀ ਜਾ ਰਹੇ ਨੇ ਪੰਜਾਬ ਦੇ ਵਿੱਚ ਤਾਂ ਬਸ ਕਦੀ ਗੱਨ ਕਲਚਰ ਦਾ ਸਹਾਰਾ ਲੈ ਕੇ ਬੱਚਿਆਂ ਉੱਤੇ ਮਾਮਲੇ ਦਰਜ ਕੀਤੇ ਜਾ ਰਹੇ ਨੇ ਜਿਹੜੇ ਗੱਨਾ ਲੈ ਕੇ ਪੰਜਾਬ ਦੇ ਵਿੱਚ ਫਿਰ ਰਹੇ ਨੇ ਉਹਨਾਂ ਉੱਤੇ ਪੰਜਾਬ ਸਰਕਾਰ ਚੁੱਪੀ ਸਾਤ ਕੇ ਬੈਠੀ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ ਮੁਕੇਰੀਆਂ ਦੇ ਸਰਬਜੋਤ ਸਿੰਘ ਸਾਭੀ ਇਸ ਹਲਕੇ ਦੇ ਇੰਚਾਰਜ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਹਲਕੇ ਦੀ ਵਾਗਡੋਰ ਸੰਭਾਲਣਗੇ ਕੋਈ ਇਸ ਤਰ੍ਹਾਂ ਹੈ ਕੌਣ ਕੀ ਕਹਿ ਰਿਹਾ ਨਾ ਕੀ ਉਸ ਗੱਲ ਨੂੰ ਇਹਨਾਂ ਤਵੱਜੋ ਨਾ ਦਿਓ ਤੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੂੰ ਸਾਡੇ ਸ਼ਹਿਰ ਵਾਲੇ ਕੋਈ ਤਵੱਜੋ ਨਹੀਂ ਦਿੰਦੇ ਮੈਂ ਜੋ ਕਿਹਾ ਮੈਂ ਉਸਤੇ ਐਂਡ ਥੋਕ ਕੇ ਖਲੋਤਾ ਔਰ ਮੈਂ ਕਿਸੇ ਦੇ ਖਿਲਾਫ ਨਹੀਂ ਮੈਂ ਅਸਲੀਅਤ ਦੀ ਗੱਲ ਕਾਈਂਡਲੀ ਅੰਡਰਸਟੈਂਡ ਸਨੀ ਤੇ ਕਾਰਵਾਈ ਹੋ ਗਈ ਸੰਦੀਪ ਤੂੰ ਮਗਰ ਜਿੰਨਾ ਨੇ ਉਹਦੇ ਭਰਾ ਦੀਆਂ ਜਿਹੜੇ ਇਸ ਕੇਸ 'ਚ ਨਹੀਂ ਇਨਵੋਲਡ ਸੀ ਉਹਨਾਂ ਦੀਆਂ ਦੁਕਾਨਾਂ ਸਾੜੀਆਂ ਨੇ ਤਕਲੀਸ਼ਾ ਹੀ ਕੀਤੀ ਹੈ ਕਿ ਉਹਨਾਂ ਤੇ ਕਾਰਵਾਈ ਨਹੀਂ ਬਣਦੀ ਕਾਨੂੰਨ ਮੇਰਾ ਵੀਰ ਨਾ ਰੰਗ ਵੇਖੇ ਨਾ ਧਰਮ ਵੇਖੇ ਕਾਨੂੰਨ ਸਭ ਲਈ ਬਰਾਬਰ ਹੈ ਤੇ ਜੀਨੂੰ ਇਸ ਗੱਲ ਦੀ ਢਿੱਡ ਪੀੜਾ ਕੀ ਕਾਨੂੰਨ ਲਾਗੂ ਕਰਨ ਦੀ ਇਹ ਗੱਲ ਕਰ ਰਿਹਾ ਤੇ ਫਿਰ ਉਹ ਸੰਵਿਧਾਨ ਦੇ ਉਲਟ ਗੱਲ ਕਰ ਰਿਹਾ ਉਹ ਦੇਸ਼ ਤੇ ਜਿਹੜਾ ਰੂਲ ਆਫ ਲਾ ਉਹਦੇ ਉਲਟ ਗੱਲ ਕਰ ਰਿਹਾ ਜਿਹਦੇ ਨਾਲ ਵੀ ਬੇਇਨਸਾਫੀ ਕਿੱਥੇ ਵੀ ਹੋਊਗੀ ਮਜੀਠਾ ਠੋਕ ਕੇ ਖਲੋਤਾ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਕਿਹਾ ਕੋਣ ਬੰਦਾ ਜਿਹੜਾ ਕਹਿ ਰਿਹਾ ਯੂ ਟਰਨ ਲੈ ਲਿਆ ਮੈਂ ਉਹਨੂੰ ਜਾਣਦਾ ਤੱਕ ਨਹੀਂ ਨਾ ਮੈਂ ਉਹਨੂੰ ਜਾਣ ਨਾਲ ਪਛਾਨਣਾ ਐਵੇਂ ਆਪਦੇ ਆਪ ਨੂੰ ਰਾਜਾ ਭੂਪਾਈ ਦੱਸੀ ਜਾਂਦੇ ਬਾਹਰ ਖਲੋਤਾ ਰਿਹਾ ਮੈਨੂੰ ਨਹੀਂ ਬੰਦਿਆਂ ਦੀ ਕੀ ਬੁੱਕ ਦਾ ਕੀ ਵੈਲਿਊ ਉਹਨਾਂ ਸ਼ਹਿਰ ਵਾਲੇ ਨਹੀਂ ਬੁਲਾ ਕੇ ਰਾਜੀ ਉਹ ਇਸ ਲਈ ਤੁਸੀਂ ਇਹੀ ਦੀ ਗੱਲਾਂ 'ਚ ਨਾ ਜਾਂਦੇ ਹੋਏ ਇਸ ਗੱਲ ਵੱਲ ਧਿਆਨ ਦਿਓ ਕਿ ਪੰਜਾਬ ਦੀ ਖੂਬਸੂਰਤੀ ਕੀ ਹੈ ਭਾਈਚਾਰੇ ਇੱਕ ਸਾਂਝ ਅੱਜ ਜਿਸ ਨਗਰ 'ਚ ਵੀ ਮੈਂ ਬੈਠਿਆ ਹਾਂ ਵੇਖੋ ਇੱਥੇ ਬਹੁ ਗਿਣਤੀ Rajput ਭਾਈਚਾਰੇ ਦੀ ਹੈ ਮਗਰ ਲੰਮਾ ਸਮਾਂ ਉਹਨਾਂ ਨੇ ਸਿੱਖ ਭਾਈਚਾਰੇ ਤੋਂ ਇੱਕ ਸਰਪੰਚ ਨੂੰ ਜ਼ਿੰਮੇਵਾਰੀ ਜਿੰਦੇ ਰਹੀ ਹੈ ਇਹ ਪਿਆਰ ਹੈ ਇਹ ਸਤਕਾਰ ਦੀ ਮੈਂ ਗੱਲ ਕਰ ਰਿਹਾ ਇਸ ਪੰਜਾਬੀਅਤ ਦੀ ਮੈਂ ਗੱਲ ਕਰ ਰਿਹਾ ਸੱਚੇ ਪਾਤਸ਼ਾਹ ਨੇ ਵੀ ਜਦੋਂ ਅਸੀਂ ਰੋਜ਼ ਅਰਦਾਸ ਕਰਦੇ ਸਾਨੂੰ ਕੀ ਸੰਤ ਬਖਸ਼ੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੱਲੇ ਇੱਕ ਦਾ ਭਲਾ ਨਹੀਂ ਮੰਗਦੇ ਜਾਂ ਕੱਲੇ ਗੁਰਸਿੱਖਾਂ ਦਾ ਨਹੀਂ ਸਮੂਚਿਆਂ ਦਾ ਇਸ ਲਈ ਜੋ ਗੁਰੂ ਸਾਹਿਬ ਦੀ ਸਮਤ ਹੈ ਜੋ ਪੰਜਾਬੀਅਤ ਦੀ ਖੂਬਸੂਰਤੀ ਹੈ ਇਹ ਗੁਲਦਸਤਾ ਹੈ ਉਹ ਚੋਂ ਸੋਹਣੀ ਸੁਗੰਧ ਆਵੇ ਇਹ ਤਦੇ ਆ ਸਕਦੀ ਹੈ ਜੇ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਬਹਾਲ ਹੋਵੇ ਦੋ ਚਾਰ ਲੋਕ ਫੜਕਾਉ ਗੱਲਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਪੰਜਾਬ ਨੂੰ ਮਾੜੇ ਹਾਲਾਤਾਂ ਚ ਟਕਣਾ ਚਾ ਰਹੇ ਆ ਮੈਂ ਠੋਕ ਕੇ ਉਹਨਾਂ ਦੇ ਉਲਟਾ ਜੀ ਜਿਹੜਾ ਕੋਈ ਚੰਗੀ ਗੱਲ ਕਰੂਗਾ ਅਸੀਂ ਉਹਦਾ ਸਵਾਗਤ ਕਰਾਂਗੇ ਉਹਦਾ ਧੰਨਵਾਦ ਕਰਾਂਗੇ ਹੁਣ ਉਹ ਕੀ ਕਹਿੰਦੇ ਕੀ ਨਹੀਂ ਕਹਿੰਦੇ ਮੈਂ ਉਹਨਾਂ ਗੱਲਾਂ ਤੇ ਥੋੜੀ ਜਾ ਕੇ ਤੁਹਾਨੂੰ ਜਵਾਬ ਦਿੰਦਾ ਫਿਰੂਗਾ ਹਾਂ ਮਗਰ ਆਪ ਦੇ ਪੰਜਾਬੀਅਤ ਵਾਸਤੇ ਜਿੰਨੀ ਮਰਜ਼ੀ ਵੱਡੀ ਕੁਰਬਾਨੀ ਦੇਣੀ ਵੀ 2 ਮਿੰਟ ਚ ਦਊਗਾ ਅੱਗੇ ਲੱਗ ਕੇ ਦਊਗਾ ਮਗਰ ਕਿਸੇ ਨੂੰ ਮਾਹੌਲ ਨਹੀਂ ਖਰਾਬ ਕਰਨ ਦੇਣਾ ਪੰਜਾਬ ਸਰਕਾਰ ਵੱਲੋਂ ਗਨ ਕਲਚਰ ਦੇ ਖਰਾਬ ਜਿਹੇ ਕਾਰਵਾਈਆਂ ਲੰਬੀਆਂ ਗਈਆਂ ਕਿੱਦਾਂ ਦੇਖਦੇ ਹੋ ਤੁਸੀਂ ਇਹਨਾਂ ਦੇ ਦੇਖੋ ਮੈਂ ਤੁਹਾਨੂੰ ਇਹ ਸਭ ਝੂਠ ਦੀ ਕਾਰਵਾਈ ਹੈ ਜੀ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਦੇ ਵਿੱਚ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਇਕੱਠੇ ਹੋਏ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਮੌਕੇ ਮਹਾਲੀ ਚੰਡੀਗੜ੍ਹ ਦੀ ਸਾਂਝੀ ਸਰਹੱਦ ਉੱਤੇ ਰਾਜਪਾਲ ਦੇ ਏਡੀਸੀ ਨੇ ਆ ਕੇ ਕਿਸਾਨਾਂ ਤੋਂ ਮੰਗ ਪੱਤਰ ਹਾਸਲ ਕੀਤਾ ਪਰ ਕਿਸਾਨ ਆਪਣੀ ਗੱਲ 'ਤੇ ਅੜੇ ਰਹੇ ਕਿ ਜਦੋਂ ਤੱਕ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਨਹੀਂ ਹੋ ਜਾਂਦੀ ਉਹ ਇੱਥੋਂ ਨਹੀਂ ਜਾਣਗੇ ਕਿਸਾਨਾਂ ਦਾ ਇੱਕ ਵਫਦ ਰਾਜਪਾਲ ਦੇ ਨਾਲ ਮੁਲਾਕਾਤ ਕਰਨ ਦੇ ਲਈ ਲਵਾਨਾ ਹੋ ਚੁੱਕਾ ਹੈ ਤੇ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ 8 ਦਸੰਬਰ ਨੂੰ ਮੀਟਿੰਗ ਤੋਂ ਬਾਅਦ ਵਿੱਚ ਉਹ ਅਗਲੀ ਰਣਨੀਤੀ ਤੈਅ ਕਰਨਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਛਾਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸਭਾ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਾਰਿਆਂ ਜਕਾਰਿਆਂ ਦੀ ਗੂੰਜ ਦੇ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਦੀ ਆਰੰਭਤਾ ਸ਼੍ਰੀ ਕਾਲ ਤਖਤ ਸਾਹਿਬ ਤੋਂ ਅਰਦਾਸ ਦੇ ਨਾਲ ਹੋਈ। ਆਰੰਭਤਾ ਮੌਕੇ ਸਤਗੰਨ ਸ਼੍ਰੀ ਹਰਮੰਦਰ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਜਿਉਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਨਹਿਰੀ ਪਾਲਕ ਦੇ ਵਿੱਚ ਸ਼ਿਸ਼ੋਭਿਤ ਕੀਤਾ ਤਾਂ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਇਹ ਨਗਰ ਕੀਰਤਨ ਸ੍ਰੀ ਅਕਾਲ ਤਖਤ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸਮਾਪਤ ਹੋਇਆ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਨੇ ਵੱਡੀ ਵੱਡੀ ਕਿਰਪਾ ਤੇ ਬਖਸ਼ਿਸ਼ ਕਰਕੇ ਦੂਸਰੇ ਧਰਮ ਦੀ ਖਾਤਰ ਖਾਸ ਕਰਕੇ ਜ਼ੁਲਮ ਕਰ ਰਹੀ ਉਸ ਜਿਹੜੀ ਸੰਸਥਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਨੇਊ ਲਹਾ ਕੇ ਜਾਂ ਜ਼ਬਰਦਸਤੀ ਧਰਮ ਪਰਿਵਰਤਨ ਕਰਾ ਕੇ ਮੁਸਲਮਾਨਾਂ ਦੀ ਦੇ ਚਰਨਾ ਚ ਆ ਕੇ ਉਹਨੇ ਬੇਨਤੀ ਕੀਤੀ ਤੇ ਸਤਗੁਰੂ ਜੀ ਨੇ ਉਤਾਰਸ ਕਰਕੇ ਦਿੱਲੀ ਵਿਖੇ ਜਾ ਕੇ ਸਤਗੁਰੂ ਜੀ ਨੇ ਸਤਗੁਰੂ ਜੀ ਦੇ ਤਿੰਨ ਅਨਨ ਸਿੱਖ ਉਹਨਾਂ ਨੇ ਉੱਥੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਘੰਤਾਨ ਸਿੰਘ ਸਤਗੁਰੂ ਫਿਰਗੁਰੂ ਤੇਗ ਮਹਾਂਦਰ ਪਾਤਸ਼ਾਹ ਜੀ ਦੇ ਇਹ ਸ਼ਹੀਦੀ ਸਮਾਗਮ ਨੂੰ ਹੋਰ ਪੜ ਨੂੰ ਮੋਕੜਾ ਪੜੇ ਹੋਏ ਅੱਜ ਨਗਰ ਕੀਰਤਨ ਜਿਹੜਾ ਉਹ ਵੀ ਸੁਜਾਇਆ ਜਾਣਾ ਤੇ ਜਿਹੜੇ 22 ਤਰੀਕ ਨੂੰ ਇਹ ਮੁੱਖ ਮਹਾਕੰਨ ਵੀ ਮਨਾਏ ਜਾਂਦੇ ਆ ਗੁਰੂ ਚਰਨਾਂ ਵਿੱਚ ਦਾ ਅਵਕਾਸ ਆ ਸਤਗੁਰੂ ਜੀ ਫੈਸਲਾ ਕਰਨ ਜਿਨ੍ਹਾਂ ਦੇ ਉੱਤੇ ਜਾਂ ਜਿਨਾਂ ਵਾਸਤੇ ਸਤਗੁਰ ਜੀ ਨੇ ਆਪਣਾ ਬਲੀਦਾਨ ਦਿੱਤਾ ਸੀ ਉਹਨਾਂ ਨੂੰ ਵੀ ਆਪਣੇ ਫਿਰਦੇ ਦੇ ਵਿੱਚ ਇੱਕ ਗੱਲ ਸਮੋ ਲੈਣੀ ਚਾਹੀਦੀ ਕਿ ਜਿਹੜਾ ਅੱਜ ਆਪਾਂ ਇਹ ਰਾਜ ਸੱਤਾ ਦਾ ਜਾਂ ਆਜ਼ਾਦੀ ਦਾ ਨਿਗ ਮਾਨ ਰਹੇ ਹਾਂ ਇਹ ਗੁਰੂ ਸਾਹਿਬਾਨ ਦੇ ਉਹਨਾਂ ਨੀ ਪੱtras ਰੱਖਿਆਂ ਤੇ ਸਤਗੁਰ ਜੀ ਦੀ ਸ਼ਹਾਦਤ ਛੋਟੇ ਸਹਿਬਜ਼ਾਦਿਆਂ ਦੀ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੇ ਸਤਗੁਰ ਜੀ ਦਾ ਸਮੁੱਚਾ ਸਰਬੰਸ ਉਹ ਇਸ ਮੁਲਕ ਦੀ ਖਾਤਰ ਸਤਗੁਰ ਜੀ ਨੇ ਤੇ ਖਾਸ ਕਰਕੇ ਮਨੁੱਖਤਾ ਦੀ ਖਾਤਰ ਤੇ ਜ਼ੁਲਮ ਨਾ ਸਹਿਣ ਦੀ ਆਗਿਆ ਕਰਕੇ ਸਤਗੁਰੂ ਜੀ ਨੇ ਸਾਰਾ ਕੁਝ ਨਿਖਾਵਰ ਕੀਤਾ ਸੀ ਸੋ ਉਹਨਾਂ ਨੂੰ ਵੀ ਇਹ ਜਿਹੜੀਆਂ ਅੱਜ ਦੇ ਇਸ ਸਮੇਂ ਦੇ ਉੱਤੇ ਸੰਦੇਸ਼ ਜਿਹੜਾ ਹਿਰਦੇ ਵਿੱਚ ਰੱਖਣਾ ਚਾਹੀਦਾ ਵਾਹੀ ਜੀ ਕਹਿੰਦਾ ਫਰੀਦਕੋਟ ਦੇ ਨਿਊ ਕੈਂਟ ਰੋਡ ਉੱਤੇ ਰਹਿੰਦੇ ਸੇਠੀ ਪਰਿਵਾਰ ਉੱਤੇ ਉਸ ਸਮੇਂ ਘਟਿਆ ਗਿਆ ਜਦੋਂ ਕੈਨੇਡਾ ਵਿੱਚ ਰਹਿੰਦੇ ਉਹਨਾਂ ਦੇ 18 ਸਾਲਾਂ ਪੁੱਤਰੇ ਦਾ ਚਾਕੂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਮਿਲਿਆ ਮਹਿਕਪ੍ਰੀਤ ਉਰਫ ਜੈਜੀ ਆਪਣੇ ਮਾਪਿਆਂ ਅਤੇ ਭੈਣ ਭਰਾਸਾਂ ਨੇ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ ਮਹਿਕ ਪੜਾਈ ਦੇ ਨਾਲ ਨਾਲ ਨੌਕਰੀ ਵੀ ਕਰ ਰਿਹਾ ਸੀ ਤੇ ਉਸ ਦਾ ਸੁਪਨਾ ਕੈਨੇਡਾ ਆਰਮੀ ਦੇ ਵਿੱਚ ਭਰਤੀ ਹੋਣ ਦਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਲੰਗੀ 23 ਨਵੰਬਰ ਨੂੰ ਉਸ ਦਾ ਕੈਨੇਡਾ ਦੇ ਸਰੀ ਇਲਾਕੇ ਦੇ ਵਿੱਚ ਸਕੂਲ ਦੀ ਪਾਰਕਿੰਗ ਦੇ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਵਾਲਾ ਨੌਜਵਾਨ ਦੀ ਉਮਰ ਸਿਰਫ 17 ਸਾਲ ਹੈ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿੱਚ ਫਰੀਦਕੋਟ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਮ੍ਰਿਤਕ ਮਹਿਕਦੀ ਦਾਦੀ ਅਤੇ ਸੇਵਾਮੁਕਤ ਟੀਚਰ ਬਲਜੀਤ ਕੌਰ ਨੇ ਕਿਹਾ ਹੈ ਕਿ ਪੋਤਰੇ ਦੀ ਮੌਤ ਨੇ ਉਹਨਾਂ ਦੀ ਉਮਰ ਘਟਾ ਦਿੱਤੀ ਹੈ ਉਹਨਾਂ ਕੈਨੇਡਾ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਰੋਸ ਜਤਾਇਆ ਕਿ ਅਜੇ ਤੱਕ ਉਹਨਾਂ ਦੇ ਹਰਪ੍ਰੀਤ ਸਿੰਘ ਅਤੇ ਨੂ ਸੀਮਾ ਨੂੰ ਬੇਟੇ ਦੀ লাশ ਨਹੀਂ ਦਿਖਾਈ ਗਈ। ਮਤਾਈ ਕੀ ਆਪਣੇ ਨਾਲ ਜਿਹੜਾ ਇਹ ਜਿਹੜਾ ਪਾਣਾ ਵਾਪਰ ਰਿਹਾ ਹੈ ਕੀ ਗੱਲਬਾਤ ਹੈ? ਸਾਡੇ ਨਾਲ ਨਾ ਜੀ ਬਾਬਾ ਜੀ ਨੇ ਉੱਪਰੋਂ ਉਤਰ ਕੇ ਲੜਾਈ ਕੀਤੀ ਹੈ ਸਾਡੇ ਨਾਲ ਅਸੀਂ ਇਹਨੂੰ ਰੱਬ ਦਾ ਪਾਣਾ ਨਹੀਂ ਕਵਾਂਗੇ ਜੀ। ਅਸੀਂ ਇਹਨੂੰ ਲੋਕਾਂ ਦਾ ਪਾਣਾ ਕਵਾਂਗੇ ਸਾਨੂੰ ਤੇ ਨਾ ਇਸ ਤੋਂ ਚੰਗਾ ਸੀ ਕਿ ਪ੍ਰਮਾਤਮਾ ਸਾਡੀ ਜ਼ਿੰਦਗੀ ਕੱਢ ਲੈਂਦਾ। ਸਾਡੇ ਜਵਾਨ ਬੱਚੇ ਨੂੰ ਇੰਨਾ ਨੇ ਇਸ ਤਰ੍ਹਾਂ ਮਾਰਤਾ ਮੇਰੇ ਬੱਚਿਆਂ ਤੱਕ ਨੂੰ ਮੂੰਹ ਨਹੀਂ ਹਲੇ ਤੱਕ ਵੇਖਣ ਦਿੱਤਾ ਗਿਆ ਮੇਰੇ ਬੱਚਿਆਂ ਨੂੰ ਇਹ ਨਹੀਂ ਪਤਾ ਸਾਡੇ ਬੱਚੇ ਦੇ ਚਾਕੂ ਵਜਿਆ ਕਿੱਥੇ ਆ ਅਸੀਂ ਤੇ ਲੋਕਾਂ ਦੀ ਕਹਾਣੀਆਂ ਦੇ ਉੱਪਰ ਹੀ ਚੱਲ ਰਹੇ ਹਾਂ ਜੀ ਅਸੀਂ ਕੀ ਕਰੀਏ ਅਸੀਂ ਤੇ ਬਹੁਤ ਜ਼ਿਆਦਾ ਦੁਖੀ ਹਾਂ ਇਸ ਟਾਈਮ ਬਹੁਤ ਜ਼ਿਆਦਾ ਮੇਰੇ ਬੱਚੇ ਕੈਨੇਡਾ 'ਚ ਕੱਲੇ ਅਸੀਂ ਇੱਥੇ ਕੱਲੇ ਅਸੀਂ ਉੱਥੇ ਨਹੀਂ ਜਾ ਸਕਦੇ ਉਹ ਇੱਥੇ ਨਹੀਂ ਆ ਸਕਦੇ 3 ਤਰੀਕ ਨੂੰ ਨਾ ਨੂੰ ਸਿਟੀਜ਼ਨਸ਼ਿਪ ਮਿਲੀ ਜੀ 3 ਨਵੰਬਰ ਨੂੰ ਕੈਨੇਡਾ ਦੀ ਇੰਨਾ ਖੁਸ਼ ਕਹਿੰਦਾ ਮम्मा ਮੈਨਾਂ 에ਅਰ ਫੋਰਸ ਚ ਜਾਣਾ ਹੈ ਜਾਂ ਮੈਂ ਆਰਮੀ ਚ ਜਾਣਾ ਹੈ ਕੈਨੇਡਾ ਦੀ ਮੈਂ ਲੰਮਾ ਉੱਚਾ ਜਵਾਨ ਤੇ ਹੈਗਾ ਅਸੀਂ ਵੀ ਬੜੇ ਖੁਸ਼ ਅਸੀਂ ਵੀ ਬੜੇ ਖੁਸ਼ ਚਲੋ ਸਾਡੇ ਬੱਚੇ ਨੂੰ ਕੈਨੇਡਾ ਦੇ ਸਿਟੀਜ਼ਨਸ਼ਿਪ ਮਿਲ ਗਈ ਸਾਨੂੰ ਕੀ ਪਤਾ ਸੀ ਕਿ ਇਹ ਸਿਟੀਜ਼ਨਸ਼ਿਪ ਸਾਡੇ ਬੱਚੇ ਨੂੰ ਹੀ ਖਾ ਜਾਏਗੀ ਮੇਰੇ ਬੱਚੇ ਨੂੰ ਵੀ 1 ਵਜੇ ਰਾਤ ਫੋਨ ਆਂਦਾ ਹੈ ਦੁਪਹਿਰੇ ਕਿ ਸਰੀ ਸਕੂਲ ਦੇ ਸਾਹਮਣੇ ਨਾ ਕਿਸੇ ਬੱਚੇ ਦਾ ਕਤਲ ਹੋ ਗਿਆ ਪੰਜਾਬੀ ਬੱਚੇ ਦਾ ਮੇਰਾ ਬੱਚਾ ਆਪਣੀ ਘਰ ਵਾਲੀ ਫੋਨ ਕਰਦਾ ਹੈ ਘਰੇ ਸੀਮਾ ਜੈਜੀ ਕਿੱਥੇ ਆ ਸੀਮਾ ਕਹਿੰਦੀ ਜੈਜੀ ਘਰੇ ਆ ਅਸੀਂ ਵੀ ਮੇਰੀ ਮਾਇਆ ਇੱਕ ਮਾਵਾ ਬਹੁਤ ਕੁਝ ਬੱਚਿਆਂ ਦਾ ਛੁਪਾ ਜਾਂਦੀਆਂ ਉਹਨਾਂ ਨੇ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਜੈਸੀ ਗੱਡੀ ਲੈ ਕੇ ਕਿਤੇ ਬਾਹਰ ਗਿਆ ਹੋਇਆ ਜਦੋਂ 2:30 ਵਜੇ ਫਿਰ ਕਿਸੇ ਦੋਸਤ ਦਾ ਫੋਨ ਆਂਦਾ ਹੈ ਮੇਰੇ ਬੱਚੇ ਨੂੰ ਕਹਿੰਦੇ ਆ ਅੰਕਲ ਜੀ ਜੈਸੀ ਦੇ ਨਾਲ ਨਾਈਫ ਵੱਜ ਗਈ ਮੇਰਾ ਬੇਟਾ ਕਹਿੰਦਾ ਹੈ ਬਾਈਕ ਕਿੱਥੋਂ ਵੱਜ ਗਈ ਉਹ ਨਾਈਫ ਨਹੀਂ ਸੁਣਾਈ ਪਿਆ ਉਹ ਟਰੱਕ ਤੇ ਆ ਹਾਈਵੇ ਰੋਡ ਤੇ ਜਾ ਰਿਹਾ ਹੈ ਕਹਿੰਦਾ ਬਾਈਕ ਕਿੱਥੋਂ ਵੱਜ ਗਈ ਪਰ ਉਹ ਜਦੋਂ ਫਿਰ ਉਹਨੂੰ ਪਤਾ ਲੱਗਿਆ ਕਹਿੰਦਾ ਇਹ ਜਿਹੜੀ ਖਬਰ ਹੈ ਨਾ ਇਹ ਮੇਰੇ ਬੱਚੇ ਦੀ ਖਬਰ ਹੈ 1 ਵਜੇ ਤੋਂ ਆ ਰਹੀ ਹੈ ਜਿਹੜੀ ਖਬਰ ਐਫ ਐਮ ਨਿਊਜ਼ ਤੇ ਮੇਰੇ ਬੱਚੇ ਦੀ ਖਬਰ ਆ ਰਹੀ ਹੈ ਉਹਦਾ ਦਿਲ ਨਾ ਟੜਕਿਆ ਉਹਨੂੰ ਬ੍ਰੇਕਾਂ ਲਾ ਕੇ ਅੱਗੇ ਪਿੱਛੇ ਗੱਡੀਆਂ ਉਹਦੀਆਂ ਵੱਜੀਆਂ ਖੂਬ ਸਾਰੀਆਂ ਉਹਨੇ ਫੇਰ ਸੀਮਾ ਨੂੰ ਫੋਨ ਲਾਇਆ ਸੀਮਾ ਮੇਰੀ ਡਾਟਰ ਇਲਾਜ਼ਾ ਨਾ ਆਇਆ ਸੀਮਾ ਕੀ ਕਰ ਰਹੇ ਹੋ ਕਿਦੀ ਮੈਂ ਡਿਊਟੀ ਜਾਣ ਲਈ ਤਿਆਰ ਹੋ ਰਹੀ ਹਾਂ ਕਹਿੰਦਾ ਤੂੰ ਡਿਊਟੀ ਨਾ ਜਾ ਤੂੰ ਵੇਖ ਸਾਡਾ ਜੈਜੀ ਨਹੀਂ ਹੈਗਾ ਸਾਡਾ ਜੈਜੀ ਖਤਮ ਹੋ ਗਿਆ ਸਾਡਾ ਜੈਜੀ ਇਸ ਟਾਈਮ ਹੈਗਾ ਨਹੀਂ ਸੀਮਾ ਉਹਦੀ ਮੰਮਾ ਕਹਿੰਦੀ ਏ ਇਹ ਹੋ ਹੀ ਨਹੀਂ ਸਕਦਾ ਜੈਜੀ ਖਤਮ ਨਹੀਂ ਹੋ ਸਕਦਾ ਜਦੋਂ ਹਸਪਤਲ ਜਾ ਕੇ ਵੇਖਿਆ ਤੇ ਵਾਕਈ ਜੈਸੀ ਹੈ ਨਹੀਂ ਸੀ ਵਾਕਈ ਜੈਸੀ ਹੈ ਨਹੀਂ ਸੀ ਰਾਤੀ ਮੈਨੂੰ 2 ਵਜੇ ਫੋਨ ਆਂਦਾ ਹੈ ਮੇਰੀ ਪੋਤਰੀ ਦਾ ਅੱਜ ਰਾਤ ਨੂੰ ਕਹਿੰਦੀ ਜੀ ਜੀ ਮम्मा ਮੈਂ ਕੋਟ ਪੈਂਟ ਲਵਾ ਜੈਸੀ ਲਈ ਕਿ ਮੈਂ ਅੱਜ ਕਰ ਲਵਾ ਹਾਈ ਮੈਂ ਕਿਹਾ ਤੂੰ ਕੀ ਕਰੇਂਗੀ ਲੈ ਕੇ ਕੋਟ ਪੈਂਟ ਕਹਿੰਦੀ ਮੈਂ ਆਪਣੇ ਵੀਰ ਨੂੰ ਦੁਲਾ ਬਣਾ ਕੇ ਤੋਰਨਾ ਹੈ ਮੇਰਾ ਜਵਾਨ ਵੀਰ ਮੇਰੇ ਹੱਥੋਂ ਖੋਇਆ ਗਿਆ ਮੈਂ ਕੀ ਕਰਾਂ ਇੰਨੀ ਹਿੰਮਤ ਉਸ ਕੁੜੀ ਨੂੰ ਦਿੱਤੀ ਰੱਬ ਨੇ ਕਿ ਉਹ ਆਪਣੇ ਪਾਪਾ ਨੂੰ ਸੰਭਾਲ ਰਹੀ ਹੈ ਆਪਣੀ ਮੰਮੀ ਨੂੰ ਸੰਭਾਲ ਰਹੀ ਹੈ ਆਪਣੇ ਛੋਟੇ ਭਰਾ ਨੂੰ ਸੰਭਾਲ ਰਹੀ ਹੈ ਇਹ ਸਾਰਾ ਕਾਂਡ ਜਿਹੜਾ ਹੋਇਆ ਸਕੂਲ ਦੇ ਵਿੱਚ ਇਹ ਮੇਰੇ ਛੋਟੇ ਬੱਚੇ ਜਿਹਨੂੰ ਲੈਣ ਗਿਆ ਸੀ ਮੇਰਾ ਬੱਚਾ ਸਰੀ ਸਕੂਲ ਤੋਂ ਉਹਨੇ ਸਾਰਾ ਕਾਂਡ ਆਪਣੇ ਜੰਗਲੇ ਚ ਵੇਖਿਆ ਕਿ ਮੇਰੇ ਵੀਰ ਨੂੰ ਚਾਕੂ ਕਿਸ ਤਰ੍ਹਾਂ ਵੱਜਿਆ ਬੱਚਾ ਸਾਡਾ ਜੜ ਬਣ ਗਿਆ ਛੋਟਾ ਉਹਨੂੰ ਅੱਜ ਉਹਨੇ ਦੱਸਿਆ ਅੱਜ ਅੱਜ ਜਦੋਂ ਉਹਨੂੰ ਸੀ ਮੈਂ ਕੀ ਕਰੇ ਉਹਨੂੰ ਵਿਖਾਉ ਇਹ ਪੱਥਰ ਬਣ ਜਾਏਗਾ ਬੱਚਾ ਸੀ ਇਹਨੂੰ ਵੀ ਨਾ ਘਵਾ ਲਈਏ ਜਦੋਂ ਬੱਚੇ ਨੂੰ ਫੋਟੋਆਂ ਵਿਖਾਈਆਂ ਜੈਜੀ ਦੀਆਂ ਜੈਜੀ ਦਾ ਸਮਾਨ ਵਿਖਾਇਆ ਉਹ ਪੁੱਬਾ ਮਾਰ ਕੇ ਰੋ ਪਿਆ ਉਹ ਮਮ ਆਰ ਮਾਰ ਕੇ ਰੋਇਆ ਫਿਰ ਕਹਿੰਦਾ ਮਮਾ ਮੇਰੇ ਸਾਹਮਣੇ ਜੈਜੀ ਗੱਡੀ ਤੋਂ ਉਤਰਿਆ ਜੈਜੀ ਨੂੰ ਕਿਸੇ ਮੁੰਡਿਆਂ ਨੇ ਕੁਝ ਕਿਹਾ ਜੈਜੀ ਅੱਗੇ ਗਿਆ ਉਹਨਾਂ ਨੇ ਚਾਕੂ ਮਾਰਿਆ ਜੈਜੀ ਨੂੰ ਜੈਜੀ ਗੱਡੀ ਤੱਕ ਵਾਪਸ ਆਇਆ ਗੱਡੀ ਤੇ ਵਾਪਸ ਆ ਕੇ ਡਿੱਗੇ ਦੀ ਚੀਕ ਵੀ ਨਹੀਂ ਨਿਕਲੀ ਉਹ ਬੱਚਾ ਵਿਚਾਰਾ ਬਸ ਤੇ ਚੜ ਕੇ ਘਰ ਆ ਗਿਆ ਉਹਦੇ ਬਾਅਦ ਉਹ ਪੱਥਰ ਬਣਿਆ ਰਿਹਾ ਅਸੀਂ ਤੇ ਐਨੇ ਪਰੇਸ਼ਾਨ ਆ ਕਿ ਇਹ ਕੈਨੇਡਾ ਸਰਕਾਰ ਹੈ ਜਿਹੜੀ ਕੀ ਕੋਈ ਅਗਰ ਬਾਈਚਸ ਬੱਚੇ ਨੂੰ ਥੱਪੜ ਮਾਰ ਦੋ ਉਹਨਾਂ ਤੇ ਪੁਲਿਸ ਫੜ ਕੇ ਲੈ ਜਾਂਦੀ ਹੈ ਉਹਨਾਂ ਦੇ ਪਾਪਾ ਨੂੰ ਇੱਕ ਸਾਡੇ ਜਵਾਨ ਬੱਚੇ ਨੂੰ ਕਤਲ ਕਰਤਾ ਤੇ ਅਜ ਤੱਕ ਸਾਨੂੰ ਇਨਸਾਫ ਨਹੀਂ ਸਾਨੂੰ ਇਹ ਪਤਾ ਨਹੀਂ ਕਿ ਕਿੰਨੇ ਮਾਰਿਆ ਕਿੰਨੇ ਜਣੇ ਸੀ ਜਿਨ੍ਹਾਂ ਨੇ ਮਾਰਿਆ ਸਾਡੇ ਬੱਚੇ ਨੂੰ ਕਿੰਨੇ ਜਣੇ ਸੀ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਮਾਰਿਆ ਮੇਰੀ ਇੱਕ ਅਪੀਲ ਹੋਰ ਹੈ ਸਾਰੀਆਂ ਮਾਵਾਂ ਨੂੰ ਅਪੀਲ ਹੈ ਅਗਰ ਪਾਪਾ ਮਨਾ ਕਰਦੇ ਆ ਨਾ ਬੱਚਿਆਂ ਦੇ ਕਿ ਬੱਚਿਆ ਤੂੰ ਇੱਧਰ ਨਾ ਜਾ ਉੱਧਰ ਨਾ ਜਾ ਉਹਨੂੰ ਕਹੋ ਠੀਕ کہہ ਰਿਹਾ ਤੇਰੇ ਪਾਪਾ ਤੂੰ ਨਾ ਜਾ ਪਾਪਾ ਤੋਂ ਪੁੱਛੇ ਬਗੈਰ ਤੂੰ ਨਾ ਜਾ ਨਹੀਂ ਤੇ ਸਾਰੀਆਂ ਮਾਵਾਂ ਆਪਣੇ ਬੱਚਿਆਂ ਤੋਂ ਹੱਤ ਕਵਾ ਲੈਣਗੀਆਂ ਬੱਚੇ ਹੱਤ ਨਹੀਂ ਆਣੇ ਸਾਡੇ ਘਰ ਹਾਲ ਵੇਖੋ ਕੀ ਬਣਿਆ ਸਾਰੇ ਮੈਂਟਲ ਹੋਏ ਪਿਆ ਉਹਦੀ ਮੰਮੀ ਨੂੰ ਵੀ ਜੈਜੀ ਦੀ ਜੈਜੀ ਮੇਰੇ ਪੁੱਤਰੇ ਦਾ ਛੋਟਾ ਨਾ ਹੈ ਨਿੱਕ ਨੇਮੇ ਦੇ ਪਾਪਾ ਨੇ ਬੜੇ ਲਾਡਾਂ ਨਾਲ ਉਹਦਾ ਨਾਂ ਰੱਖਿਆ ਸੀ ਉਹਦਾ ਨਾਂ ਅਸਲ ਮਹਿਕਪ੍ਰੀਤ ਸੇਠੀ ਹੈ ਤੇ ਉਹਦੀ ਮੰਮੀ ਡਿਪਰੈਸ ਹੋ ਜਾਂਦੀ ਏ ਐਂਬੂਲੈਂਸ ਬੁਲਾਉਂਦੇ ਆ ਉਹਨੂੰ ਹਸਪਤਾਲ ਲੈ ਕੇ ਜਾਂਦੇ ਆ ਬਾਅਦ ਚ ਸਾਡੇ ਹੱਤਾਂ ਚ ਕੁਝ ਨਹੀਂ ਆਂਦਾ ਬੱਚਿਆਂ ਨੂੰ ਥੋੜਾ ਜਿਹਾ ਆਪਣੇ ਮਾਪਿਆਂ ਨੂੰ ਸਮਝਣਾ ਵੀ ਚਾਹੀਦਾ ਹੈ ਤੇ ਮਾਪਿਓ ਦੀ ਗੱਲ ਨੂੰ ਬੁਰਾ ਨਹੀਂ ਮੰਨਣਾ ਚਾਹੀਦਾ ਤੇ ਅਸੀਂ ਖੁਦ ਮੈਂ ਖੁਦ ਮਾ ਆ ਮੈਂ ਖੁਦ ਕਈ ਵਾਰੀ ਬੱਚਿਆਂ ਦਾ ਕੋਈ ਗੱਲ ਛੁਪਾ ਦੇਣੀ ਆ ਕਿ ਹਾਂ ਵੀ ਪਾਪਾ ਨੂੰ ਉਹਨਾਂ ਦੱਸੀਏ ਪਾਪਾ ਗੁੱਸੇ ਹੋਣਗੇ ਪਾਪਾ ਦੇ ਅੰਦਰ ਚ ਮੈਂ ਕਹਿੰਨੀ ਆ ਬੱਚੇ ਬਹੁਤ ਸੋਖੇ ਰਹਿੰਦੇ ਆ ਬੱਚੇ ਅੱਗੇ ਵਧਣਗੇ ਇਹ ਜਿਹੜਾ ਕੰਮ ਸਾਡੇ ਨਾਲ ਹੋਇਆ ਪ੍ਰਮਾਤਮਾ ਕਰੇ ਕਿਸੇ ਵੈਰੀ ਦੁਸ਼ਮਣ ਨਾਲ ਨਾ ਹੋਵੇ ਇਸ ਬੱਚੇ ਨੇ ਸਾਡੀ ਉਮਰ ਘਟਾਤੀ ਹੈ ਜੀ ਇਸ ਬੱਚੇ ਨੇ ਸਾਡੀ ਉਮਰ ਘਟਾਤੀ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅੱਜ ਅਕਾਲੀ ਦਲ ਦੇ ਇੱਕ ਵਫਦ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲਪ੍ਰੋਹਿਤ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੁਲਾਕਾਤ ਤੋਂ ਬਾਅਦ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰਿਆਣਾ ਨੂੰ ਵਿਧਾਨ ਸਭਾ ਦੇ ਲਈ ਚੰਡੀਗੜ੍ਹ ਵਿੱਚੋਂ ਜ਼ਮੀਨ ਦੇਣ ਦੇ ਫੈਸਲੇ ਦਾ ਉਨ੍ਹਾਂ ਦੀ ਪਾਰਟੀ ਸਖਤ ਵਿਰੋਧ ਕਰਦੀ ਹੈ ਅਤੇ ਇਸ ਸਬੰਧੀ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਸੌਂਪਿਆ ਹੈ ਤੇ ਇਸ ਦੌਰਾਨ ਉਹਨਾਂ ਨੇ ਸਾਫ਼ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਜੇ ਹਰਿਆਣਾ ਨੂੰ ਵਿਧਾਨ ਸਭਾ ਦੇ ਲਈ ਜ਼ਮੀਨ ਦੇਣੀ ਹੈ ਤਾਂ ਉਹ ਪੰਚਕੁਲਾ ਵਿੱਚੋਂ ਦਿੱਤੀ ਜਾਵੇ ਇਸ ਦੇ ਨਾਲ ਹੀ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਕਿ ਭਗਵੰਤ ਮਾਨ ਦੇ ਵੱਲੋਂ ਇਸ ਦਾ ਵਿਰੋਧ ਨਹੀਂ ਕੀਤਾ ਗਿਆ ਬਲਕਿ ਜਦੋਂ ਹਰਿਆਣਾ ਨੇ ਜ਼ਮੀਨ ਦੀ ਮੰਗ ਕੀਤੀ ਤਾਂ ਮਾਨ ਨੇ ਵੀ ਇਹ ਮੰਗ ਕੀਤੀ ਕਿ ਪੰਜਾਬ ਨੂੰ ਵੀ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੇ ਲਈ ਜ਼ਮੀਨ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਜਿਸ ਮੁੱਖ ਮੰਤਰੀ ਨੂੰ ਆਪਣੇ ਸੂਬੇ ਦੇ ਹੱਕਾਂ ਬਾਰੇ ਨਹੀਂ ਪਤਾ ਉਹ ਸੂਬੇ ਦੀ ਰਾਖੀ ਕਿਵੇਂ ਕਰ ਸਕਦਾ ਹੈ ਅੱਜ ਤਿੰਨ ਇੰਪੋਰਟੈਂਟ ਇਸ਼ੂਸ ਤੇ ਅਸੀਂ ਆਨਰੇਬਲ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਹਾਂ ਸਭ ਤੋਂ ਇੰਪੋਰਟੈਂਟ ਹੈ ਕਿ ਜਿਹੜਾ ਹਰਿਆਣਾ ਸਰਕਾਰ ਨੇ ਗਵਰਨਰ ਸਾਹਿਬ ਨੂੰ ਲਿਖਿਆ ਕਿ ਸਾਨੂੰ ਸੈਕਟਰੀਅਟ ਵਾਸਤੇ ਇੱਕ ਨਵੀਂ ਜ਼ਮੀਨ ਦਿੱਤੀ ਜਾਏ ਉਹਦੇ ਖਿਲਾਫ ਅਸੀਂ ਕਲੀਅਰ ਕੱਟ ਦੱਸਣ ਆਏ ਆਂ ਪੰਜਾਬ ਦੀ ਜਨਤਾ ਦੀ ਜੋ ਭਾਵਨਾ ਹੈ ਅਸੀਂ ਗਵਰਨਰ ਸਾਹਿਬ ਨੂੰ ਦੱਸਿਆ ਕਿ ਯੂਨੀਅਨ ਟੈਰੀਟਰੀ ਚੰਡੀਗੜ੍ਹ ਸਹੀ ਮੈਨੇ ਤਾਂ ਹੈ ਪੰਜਾਬ ਦੀ ਆ ਚੰਡੀਗੜ੍ਹ ਪੰਜਾਬ ਦਾ ਤੇ ਸਾਡੇ ਸੂਬੇ ਵਿੱਚ ਸਾਡੀ ਸਟੇਟ ਦੀ ਜ਼ਮੀਨ ਦੇ ਉੱਤੇ ਹਰਿਆਣੇ ਨੂੰ ਕਿਸੇ ਹਾਲਤ ਆ ਜ਼ਮੀਨ ਨਹੀਂ ਦਿੱਤੀ ਜਾਊਗੀ اسی ਆ ਵੀ ਕਿਹਾ ਸੀ ਕਿ ਆ ਜਿਹੜੀ ਜਮਵਾਰੀ ਹੁੰਦੀ ਹੈ ਜਦੋਂ ਕਿਸੇ ਸੂਬੇ ਤੇ ਹਮਲਾ ਹੁੰਦਾ ਹੈ ਜਾਂ ਕੋਈ ਸੂਬੇ ਦੇ ਖਿਲਾਫ ਕੋਈ ਐਕਟ ਪਾਸ ਹੁੰਦਾ ਹੈ ਜਾਂ ਸੂਬੇ ਦੇ ਖਿਲਾਫ ਕੋਈ ਨਿਊ ਲਾਜ਼ ਬੰਦੇ ਹੈ ਜਾਂ ਕੁਝ ਹੁੰਦਾ ਹੈ ਜਮਵਾਰੀ ਸੂਬੇ ਦੀ ਸਟੇਟ ਦੀ ਹੁੰਦੀ ਹੈ ਡਿਫੈਂਡ ਕਰਨਾ ਬੜੇ ਦੁੱਖ ਨਾਲ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜੋ ਸੂਬੇ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਉਹਨੂੰ ਫਿਕਰ ਹੈ ਨਾ ਪਰਵਾਹ ਸਗੋਂ ਕਿ ਆ ਆਪ ਦੋਸ਼ੀ ਇਹਦੇ ਚ ਭਗਵੰਤ ਮਾਨ ਜੋ ਮੁੱਖ ਮੰਤਰੀ ਉਹਨੂੰ ਆ ਹੀ ਨਹੀਂ ਪਤਾ ਕਿ ਜਿਹੜਾ ਚੰਡੀਗੜਾ ਪੰਜਾਬ ਦਾ ਕੈਪੀਟਲ ਆ ਪੰਜਾਬ ਦਾ ਤੇ ਜਦੋਂ ਹਰਿਆਣੇ ਨੇ ਲਿਖੀ ਚਿੱਠੀ ਤੇ ਭਗਵੰਤ ਮਾਨ ਨੇ ਹੋਰ ਦੀ ਚਿੱਠੀ ਲਿਖੀ ਸਾਨੂੰ ਵੀ ਦੇ ਦਿਓ ਜਿਸ ਮੁੱਖ ਮੰਤਰੀ ਨੂੰ ਆ ਹੀ ਨਹੀਂ ਪਤਾ ਕਿ ਸਾਡੀ ਰਾਈਟਸ ਕੀ ਆ ਸਾਡੇ ਕਿਸ ਵਾਸਤੇ ਅਸੀਂ ਲੜਾਈ ਲੜ ਰਹੇ ਆ ਕਿਹੜਾ ਸਾਡਾ ਕਿਹੜਾ ਪਰਾਇਆ ਉਹ ਮੁੱਖ ਮੰਤਰੀ ਕੀ ਆਪਣੇ ਸੂਬੇ ਦੀ ਲੜਾਈ ਲੜ ਸਕੂਗਾ ਜੋ ਵੀ ਚੰਡੀਗੜ੍ਹ ਵਿਤਕਰੇ ਹੋਏ ਆ ਅਫਸਰ ਜਿਹੜੇ ਪਹਿਲੇ ਪੰਜਾਬ ਦੇ ਹੁੰਦੇ ਸੀ ਉਹਨਾਂ ਨੂੰ ਕੱਢ ਕੇ ਕੋਈ ਸੈਂਟਰ ਦੇ ਆ ਗਏ ਜਾਂ ਹਰਿਆਣੇ ਦੇ ਆ ਗਏ ਮੁੱਖ ਮੰਤਰੀ ਨਹੀਂ ਬੋਲਿਆ ਕੋਈ ਜੋ ਪੰਜਾਬੀ ਇੱਥੇ ਲਾਗੂ ਕਰਨੀ ਸੀ ਰਿਕਰੂਟਮੈਂਟ ਜਿਹੜੀ ਹੋਈ ਹੈ ਉਹਦੇ ਖਿਲਾਫ ਜੋ ਗਲਤ ਸਟੈਪਸ ਲਿੱਤੇ ਗਏ ਇਸ ਯੂਨਿਟ ਐਂਟਰੀ ਨੇ ਪੰਜਾਬ ਦੇ ਖਿਲਾਫ ਵਿਤਕਰਾ ਕੀਤਾ ਉਹਦੇ ਤੇ ਕੋਈ ਚੀਫ ਮਿਨਿਸਟਰ ਨਹੀਂ ਬੋਲੇ ਹੁਣ ਜਦੋਂ ਜ਼ਮੀਨ ਦੇਣ ਦਾ ਟਾਈਮ ਆ ਗਿਆ ਬੋਲਣਾ ਕੀ ਸੀ ਉਹਦੇ ਉਲਟ ਆਪ ਉਹਦੇ ਵਿੱਚ ਹਿੱਸਾ ਬਣ ਗਏ ਸੋ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਸਮੂੱਚੀ ਪਾਰਟੀਆਂ ਸਾਰੇ ਪੰਜਾਬ ਦੀ ਜਨਤਾ ਕਿਸੇ ਹਾਲਤ ਵਿੱਚ ਵੀ ਆ ਬਰਦਾਸ਼ਤ ਨਹੀਂ ਕਰੂਗੀ ਕਿ ਜੋ ਪੰਜਾਬ ਦਾ ਕੈਪੀਟਲ ਹੈ ਉਹਦੇ ਵਿੱਚ ਹਰਿਆਣੇ ਦਾ ਸੈਕ雷ਟਰੀਟ ਬਣਾਇਆ ਜਾਏ ਜਾਂ ਇੱਥੇ ਕੋਈ ਹਰਿਆਣੇ ਦੀ ਲਗ ਜੁਡੀਸ਼ਰੀ ਬਣਾਈ ਜਾਏ ਜੇ ਹਰਿਆਣੇ ਨੇ ਬਣਾਉਣਾ ਹੈ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਨਾਲ ਪੰਚਕੂਲਾ ਪੰਚਕੂਲੇ ਜਾ ਕੇ ਉਹ ਬਣਾ ਸਕਦੇ ਆ ਜੋ ਮਰਜ਼ੀ ਕਰਨ ਸਾਨੂੰ ਉਹਦਾ ਕੋਈ ਇਤਰਾਜ਼ ਨਹੀਂ ਹੈ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦਰਿਆ ਪਾਰ ਖੇਤੀ ਕਰਨ ਜਾਂਦੇ ਕਿਸਾਨਾਂ ਲਈ ਦੋ ਪਲਟੂਨ ਪੁਲਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ। ਖੇਤੀਬਾੜੀ ਮੰਤਰੀ ਦੇ ਯਤਨਾਂ ਦੇ ਨਾਲ ਕਿਸਾਨਾਂ ਦੀ 70 ਸਾਲਾਂ ਦੀ ਮੰਗ ਪੂਰੀ ਹੋ ਗਈ ਹੈ ਤੇ ਪੁੱਲ ਬਣਨ ਦੇ ਨਾਲ ਰਾਵੀ ਦਰਿਆ ਪਾਰ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋਪੇਗਾ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਰਾਵੀ ਦਰਿਆ ਤੋਂ ਪਾਰ ਟਿਊਬਵੈਲਾਂ ਦੇ ਕਨੈਕਸ਼ਨਾਂ ਦੇ ਮਸਲੇ ਦਾ ਵੀ ਹੱਲ ਕੀਤਾ ਜਾਵੇਗਾ ਤੇ ਬਾਰਡਰ ਕੰਡੇ 52 ਕਿਲੋਮੀਟਰ ਤੁਸੀਂ ਬਣ ਪੱਕਾ ਹੋਵੇਗਾ। ਕਿਸਾਨਾਂ ਲਈ ਆਉਣ ਜਾਣਾ ਵੀ ਸੌਖਾ ਹੋਵੇਗਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦਾ ਹਰ ਪੱਖੋਂ ਸਹਿਯੋਗ ਕਰੇਗੀ 50 ਸਾਲ ਦੀ ਪੁਰਾਣੀ ਡਿਮਾਂਡ ਸੀਗੀ ਉਹਨਾਂ ਦੀ ਇੱਥੇ ਦੋ ਪੋਹਾਂ ਜੱਪਾ ਪਲਟੂਨ ਪੁੱਲ ਦੇੜੇ ਆ ਉਹ ਦਿੱਤੇ ਕਿਉਂਕਿ ਬਹੁਤ ਸਾਰੀ ਸਾਡੇ ਸੈਂਕੜੇ ਇੱਕ ਜ਼ਮੀਨ ਜਿਹੜੀ ਆ ਦੇਖੋ ਦਰਿਆ ਤੋਂ ਪਾਰ ਹੈ ਤੇ ਆਪਣੇ ਕਿਸਾਨਾਂ ਨੂੰ ਕੰਬਾਈਨਾਂ ਟਰੈਕਟਰ ਟਰਾਲੀਆਂ ਲਗਾਉਣ ਚ ਬੜੀ ਵੱਡੀ ਪ੍ਰਾਬਲਮ ਸੀ ਸੋ ਅੱਜ ਇਹਨਾਂ ਦੀ ਮੰਗ ਪੂਰੀ ਹੋ ਗਈ ਤੇ ਅੱਗੇ ਵੀ ਹੋਰ ਵੀ ਜੋ ਇਹਨਾਂ ਨੂੰ ਇਹਨਾਂ ਦੀ ਹੈਲਪਲੀ ਚਾਹੀਦਾ ਹੋਊਗਾ ਆਪਾਂ ਕਿਉਂਕਿ ਕਿਸਾਨ ਸਾਡੇ ਪੰਜਾਬ ਦਾ ਹਿੱਸਾ ਨੇ ਦੇਸ਼ ਦਾ ਹਿੱਸਾ ਨੇ ਸਾਡੀ ਡਿਊਟੀ ਹੈ ਸਰਕਾਰਾਂ ਦਾ ਫਰਜ਼ ਬਣਦਾ ਕਿ ਆਪਣੇ ਕਿਸਾਨਾਂ ਦੀ ਜਿਹੜੀ ਆਪਣੇ ਮਿਹਨਤ ਮਜ਼ਦੂਰੀ ਕਰਨ ਵਾਲੇ ਮਜ਼ਦੂਰਾਂ ਦੀ ਹਰ ਪੱਖੋਂ ਮਤ ਕਦੇ ਸੋ ਉਹਦੇ ਉਹਦੇ ਤਹਿਤ ਹੀ ਬੰਦਾ ਅੱਜ ਆਪਾਂ ਕਹਿੰਦੇ 50 ਸਾਲਾਂ ਦੀ ਗੱਲ ਕੀਤੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨੂੰ 6-7 ਮਹੀਨੇ ਹੋਏ ਆ ਪਰ ਬਹੁਤ ਸਰਕਾਰਾਂ ਆ ਗਈਆਂ ਕਾਲੀ ਦਲ ਦੀ ਵੀ ਆਈ ਕਾਂਗਰਸ ਦੀ ਵੀ ਆਈ ਪਰ ਕਿਸੇ ਨੇ ਇਹਨਾਂ ਕਿਸਾਨਾਂ ਦੀ ਸਾਰ ਨਹੀਂ ਲਈ ਅੱਜ ਤੁਸੀਂ ਪਿਛਲੇ ਸਮੇਂ ਸਰਕਾਰ ਬੰਦ ਹੈ ਇੱਥੇ ਪਹੁੰਚੇ ਸੀ ਅਸੀਂ ਵੀ ਨਾਲ ਆਏ ਸੀ ਤੇ ਅੱਜ ਇੱਥੇ ਪੁਲ ਲੈ ਕੇ ਆਏ ਜੋ ਸਰ ਮੈਂ ਮੇਰਾ ਤੇ ਮੇਰਾ ਮੰਨਣਾ ਕਿ ਜਦੋਂ ਇਲਾਕੇ ਦੇ ਲੋਕ ਜਾਂ ਪੰਜਾਬ ਦੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਆ ਤੁਹਾਨੂੰ ਵੋਟ ਪਾਉਂਦੇ ਮਤਦਾਨ ਬੰਦਾ ਸੋਚ ਸਮਝ ਕੇ ਦਾਨ ਕਰਦਾ ਉਦੋਂ ਤੁਹਾਨੂੰ ਆਪਣੇ ਲੋਕਾਂ ਦੇ ਪ੍ਰਤੀ ਵਚਨਬੱਧ ਰਹਿਣਾ ਚਾਹੀਦਾ ਕਿ ਇਹਨਾਂ ਲੋਕਾਂ ਨੇ ਸਾਡੇ ਲਈ ਵੋਟਾਂ ਪਾਈਆਂ ਅਸੀਂ ਉਲਟ ਕੰਮਾਂ ਚ ਪੈ ਜਾਂਦੇ ਅਸੀਂ ਪੋਲਿਟਿਕਸ ਗੱਲ ਜੰਦੇ ਨੇ ਠਾਣਿਆਂ ਤਹਿਸੀਲਾਂ ਦੀ ਦੂਜੀ ਤੀਜੀ ਉਹ ਵੀ ਕਰਨੀ ਚਾਹੀਦੀ ਜੇ ਤੁਹਾਡੇ ਕੋਲ ਬੰਦੇ ਦਾ ਇਦਾਂ ਹੁੰਦਾ ਬਟ ਅਸਲੀ ਸਿਆਸਤ ਇਹ ਹੈ ਕਿ ਲੋਕਾਂ ਦੀ ਜਿਹੜੀ ਸਮੱਸਿਆ ਉਹਨਾਂ ਨੂੰ ਹੱਲ ਕਰੀ ਸੋ ਮੈਂ ਦੋਸ ਐਂਗਲ ਨਾਲ ਜੀ ਸਾਡਾ ਕੰਮ ਕਰਦਾ ਕਿ ਕਿੱਦਾਂ ਮਤਲਬ ਜਿਹੜਾ ਸਾਡੇ ਲੋਕਾਂ ਦੀਆਂ ਸਮੱਸਿਆਵਾਂ ਉਹਨੂੰ ਕਿੱਦਾਂ ਹੱਲ ਕਰਨਾ ਪਿੰਡਾਂ ਦਾ ਵਿਕਾਸ ਕਿੱਦਾਂ ਕਰਨਾ ਹਜ਼ੂਰਸ ਕਿੱਦਾਂ ਬਣਾਉਣੀਆਂ ਸਕੂਲ ਕਿੱਦਾਂ ਬਣਾਉਣੇ ਡੰਗਰਾਂ ਨਾਲੇ ਹਸਪੀਟਲ ਕਿੱਦਾਂ ਬਣਾਉਣੇ ਬੰਦਿਆਂ ਦੇ ਹਸਪੀਟਲ ਕਿੱਦਾਂ ਬਣਾਉਣੇ ਉਸ ਸਾਡੇ ਮਨ ਲੱਕ ਲਿੰਕ ਕੋ ਸ਼ੁਰੂ ਹੋ ਰਿਹਾ ਇੱਥੇ ਵੀ ਸ਼ੁਰੂ ਹੋਣਗੇ ਅਸੀਂ ਤਾਂ ਉਸ ਚੀਜ਼ ਤੇ ਲੱਗੇ ਮੇਰਾ ਮੇਰਾ ਟਾਰਗੇਟ ਜਿਹੜਾ ਨੇ ਉਹ ਹੈ ਕਿ ਜੇ ਲੋਕਾਂ ਨੇ ਸਾਦੂ ਵੋਟਾਂ ਪਾਈਆਂ ਤਾਂ ਉਹਦੀ ਕੀਮਤ ਜਿਹੜੀ ਹੈ ਵਾਪਸ ਅਦਾ ਕੀਤੀ ਜਾਵੇ ਵਿਕਾਸ ਦੇ ਦਾ ਏਸੀ ਅਜੀਤ ਦਾ ਵਿਸ਼ੇਸ਼ ਬੁਲੇਟਿਨ ਹੋਰ ਨਵੀਆਂ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ